ਤੇ ਮੇਰੇ ਨਾਲ ਹੁਣ ਇਸ ਵੇਲੇ ਨਾਲ ਬੈਠਣੇ ਜੀ ਬਹਾਦਰ ਸਿੰਘ ਜੀ ਜਿਹੜੇ ਕਿ ਵਨ ਬੀਟ ਗਰੁੱਪ ਦੇ ਚੇਅਰਮੈਨ ਹੈ ਜੀ। ਇਹਨਾਂ ਦੀ ਫਿਲਮ, ਇਹਨਾਂ ਦੇ ਉਪਰਾਲੇ ਦੇ ਉੱਤੇ ਬਣੀ ਫਿਲਮ ਵਨ ਬੀਟ, ਟਾਈਟਲ ਵੀ ਵਨ ਬੀਟ ਹੈ, ਇਹਨਾਂ ਦੀ ਸੰਸਥਾ ਦਾ ਨਾਮ ਵੀ ਵਨ ਬੀਟ ਹੈ ਤੇ ਇੱਕ ਧੜਕਨ ਉਹਦਾ ਮਤਲਬ ਹੈ ਜੀ ਵਨ ਬੀਟ ਇੱਕ ਧੜਕਨ। ਅਸੀਂ ਕਿੰਨਾ ਵੀ ਸੋਚਦੇ ਹਾਂ ਉਹ ਵੱਖਰਾ ਵੱਖਰਾ, ਬਟ ਸਾਡੇ ਦਿਲਾਂ ਦੀ ਧੜਕਨ ਇੱਕੋ ਹੀ ਹੈ ਜੀ। ਇਹੀ ਸੋਚ ਰੱਖਦੇ ਹੋਏ ਜੀ ਸਰਦਾਰ ਬਹਾਦਰ ਸਿੰਘ ਜੀ ਦੇ ਉਪਰਾਲੇ ਦੇ ਉੱਤੇ ਕਮਿਊਨਿਟੀ ਵੋਇਸਿਸ ਪ੍ਰੋਜੈਕਟ ਦੇ ਅੰਡਰ ਅਸੀਂ ਇਹ ਫਿਲਮ ਬਣਾਈ ਹੈ ਤੇ ਇਸ ਸਾਲ ਫੈਸਟੀਵਲ ਦੀ ਇਹ ਕਲੋਜ਼ਿੰਗ ਫਿਲਮ ਹੋਣ ਵਾਲੀ ਹੈ ਜੀ, ਜਿਹਦਾ ਪ੍ਰੀਮੀਅਰ 6 ਤੋਂ 8 ਵਜੇ ਦੇ ਕਲਸਟਰ ਦੇ ਵਿੱਚ ਹੋਣ ਵਾਲਾ ਹੈ। ਰਫਲੀ ਅਰਾਊਂਡ 7 ਵਜੇ ਇਹ ਫਿਲਮ ਚੱਲੂਗੀ ਤੇ ਮੈਂ ਹੁਣ ਰਿਕੁਐਸਟ ਕਰਾਂਗਾ ਜੀ ਸਰਦਾਰ ਬਹਾਦਰ ਸਿੰਘ ਜੀ ਜਿਹੜੇ ਯੂਨਾਈਟਿਡ ਸਟੇਟਸ ਤੋਂ ਹੁਣ ਇੱਥੇ ਆਏ ਹੋਏ ਨੇ ਜੀ, ਉਹ ਵੀ ਕੁਝ ਬੋਲਣ। ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਿੱਦਾਂ ਪੁਲਿਸ ਜੀ ਨੇ ਦੱਸਿਆ ਕਿ ਬਹਾਦਰ ਸਿੰਘ, ਮੈਂ ਜੀ ਜੰਮਾ ਫਗਵਾੜੇ ਦਾ। ਸਾਡੇ ਪਿਤਾ ਜੀ ਯੂਪੀ ਚਲ ਗਏ ਸਨ 70s, ਉੱਥੇ ਜਾ ਕੇ ਫਾਰਮ ਲੈ ਲਿਆ, ਗਰੋਪ ਮੈਂ ਯੂਪੀ ਚ ਹੋਇਆ। ਉਸ ਤੋਂ ਬਾਅਦ ਥੋੜਾ ਵੱਡਾ ਹੋਇਆ, ਪਿਤਾ ਜੀ ਨੇ ਅਮੈਰੀਕਾ ਭੇਜ ਦਿੱਤਾ। ਉੱਥੇ ਕਾਰੋਬਾਰ ਕਰਦੇ ਜਿੱਦਾਂ ਆਪਾਂ ਸਾਰੇ ਕਰਦੇ ਹੀ ਹੈ, ਕਰਦੇ ਕਰਦੇ ਬਾਰੇ ਬੜੀ ਕਿਰਪਾ ਕੀਤੀ ਕਿ ਕਾਰੋਬਾਰ ਬਹੁਤ ਸੋਹਣਾ ਮਹਾਰਾਜ ਨੇ ਚਲਾਇਆ ਕਿ ਬਰਕਤ ਪਾਈ। ਸੋਚਿਆ ਕਿ ਕੁਛ ਨਾ ਕੁਛ ਇਹਦੀ ਮਾਇਆ ਦਾ ਕੀ ਕਰਨਾ, ਕਿ ਮਾਇਆ ਜਿਹੜੀ ਹੈਗੀ ਆ ਆਪਣੇ ਉਹਨਾਂ ਲੋਕਾਂ ਤੇ ਲਾਈ ਜਾਵੇ, ਉਹਨਾਂ ਨੂੰ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜੀ। ਸੋ ਉਸ ਸੋਚਿਆ ਕਿ ਸਾਡਾ ਜਿਹੜਾ ਯੂਪੀ ਦਾ ਇਲਾਕਾ ਹੈ ਜੀ, ਕਾਫੀ ਉਹ ਬੈਕਵਰਡ ਇਲਾਕਾ ਹੈਗਾ ਜਿੱਥੇ ਅਸੀਂ ਇਹ ਹੋਸਪਿਟਲ ਹੈ ਜਿੱਥੇ ਮੈਂ ਗਰੋ ਅਪ ਹੋਇਆ, ਕਲੋਜ਼ ਟੂ ਨੇਪਾਲ ਬਾਰਡਰ ਤੇ। ਤਾਂ 200-300 ਕਿਲੋਮੀਟਰ ਦੇ ਏਰੀਏ ਵਿੱਚ ਕੋਈ ਹੋਸਪਿਟਲਸ ਨਹੀਂ ਹੈਗੇ, ਸਰਕਾਰ ਵੀ ਕੋਈ ਜ਼ਿਆਦਾ ਇਸ ਦਰਖਾਸਤ ਦੇ ਨਹੀਂ ਪਈ ਹੈ। ਸੋ ਉਹਨਾਂ ਜਗ੍ਹਾ 'ਤੇ ਜਾ ਕੇ ਆਪਦੀ ਸੇਵਾ ਜਿਹੜੀ ਹੈਗੀ ਹੈ ਚੱਲ ਰਹੀ ਹੈ। ਭਾਈ ਵਿੱਕੀ ਸਿੰਘ ਜੀ ਹੋਣੀ, ਭੈਣ ਗੁਰਪ੍ਰੀਤ ਕੌਰ ਨੂੰ, ਇਹਨਾਂ ਨੂੰ ਸਾਨੂੰ ਅਸੀਂ ਮਿਲਿਆ ਕਿ 3-4-5 ਸਾਲ ਪਹਿਲਾਂ ਕਿਸੇ ਫਰੈਂਡ ਸਰਕਲ ਦੇ ਥਰੂ ਪਹਿਲੀ ਇੱਕ ਫਿਲਮ ਇਹਨਾਂ ਨੇ ਸਾਨੂੰ ਦਿਖਾਈ ਲਿਆ ਕੇ ਪੋਰਟਰੇਟ ਦੇ ਵਿੱਚ। ਸੋ ਕੁਛ ਫਿਲਮਾਂ ਕਾਫੀ ਦਿਖਾਈਆਂ, ਅਸੀਂ ਉੱਥੇ ਪ੍ਰੋਗਰਾਮ ਕੀਤਾ ਸੀਗਾ। ਉਦੋਂ ਬਾਅਦ ਜਿਵੇਂ ਜੁੜੇ ਜੁੜਦੇ ਜੁੜਦੇ ਸਾਡਾ ਸੁਨੇਹ ਇੰਨਾ ਪਿਆਰਾ ਗੂੜਾ ਹੋ ਗਿਆ ਜੀ। ਸੋ ਇਹਨਾਂ ਨੇ ਫਿਰ ਯੂਪੀ ਆ ਕਰਕੇ ਇਹਨਾਂ ਨੇ ਜਿਹੜੀ ਹੈਗੀ ਆ ਜਿਸ ਵੀ ਜੀ ਨੇ ਵੀਰ ਜੀ ਉਹਨਾਂ ਦੇ ਘਰੋਂ ਜਿਹੜੀ ਸਾਡੀ ਉਸ ਹੋਸਪਿਟਲ ਕਾਲਜ ਦੇ ਉੱਤੇ ਉਹ ਬਣਾਈ ਹੈ। ਸੋ ਲਾਸਟ ਈਅਰ ਮੈਂ ਇਹਨਾਂ ਦੇ ਇਸ ਪ੍ਰੋਗਰਾਮ 'ਤੇ ਆਇਆ ਸੀਗਾ, ਤਾਂ ਮੈਂ ਉਹ ਫਿਲਮਾਂ ਇਹਨਾਂ ਦੀਆਂ ਤਕਰੀਬਨ ਸਾਰੇ ਪ੍ਰੋਗਰਾਮ ਸਾਰਾ ਦੇਖਿਆ ਸੀ ਔਰ ਬਹੁਤ ਸੋਹਣਾ ਪ੍ਰੋਗਰਾਮ ਮੈਨੂੰ ਲੱਗਿਆ। ਸੋ ਇਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਸੇਵਾ ਹੈਗੀ ਆ ਉਹਨੂੰ ਜਿਹੜਾ ਹੈਗਾ ਆਪਾਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਤਾਂ ਕਿ ਉਹ ਲੋਕ ਜਿਹੜੇ ਮਾਇਆ ਬੜੀ ਲੈ ਕੇ ਬੈਠੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਖਰਚੀਏ ਕਿੱਦਾਂ ਜਾਂ ਕਿੱਥੇ ਖਰਚੀਏ। ਸੋ ਇਹ ਬਹੁਤ ਵੱਡਾ ਇੱਕ ਮੈਨੂੰ ਸਭ ਤੋਂ ਵੱਡਾ ਲੱਗਿਆ ਕਿ ਇਹ ਸੇਵਾ ਜਿਹੜੀ ਹੈ ਨਾ ਜੀ, ਇਹਦੂ ਵੱਡੀ ਸੇਵਾ ਕੋਈ ਹੋ ਨਹੀਂ ਸਕਦੀ। ਅਸੀਂ ਬਹੁਤ ਸਾਰੇ ਮੰਦਰ ਗੁਰਦੁਆਰੇ ਮਸੀਤਾਂ ਸਭ ਕੁਛ ਬਹੁਤ ਬਣਾ ਲਿਆ, ਲੰਗਰ ਵੀ ਬੜੇ ਲਾ ਰਹੇ, ਅਸੀਂ ਸਭ ਕੁਛ ਕਰ ਰਹੇ ਹਾਂ, ਪਰ ਇਹ ਜਿਹੜੀ ਲੋੜਵੰਦ ਦੀ ਇਹ ਵੀ ਸੇਵਾ ਹੈ ਜੀ, ਸੰਸਾਰ ਦੇ ਵਿੱਚ ਲੋਕ ਘੱਟ ਬਹੁਤ ਘੱਟ ਲੋਕ ਕਰ ਰਹੇ ਨੇ, ਸਾਨੂੰ ਇੱਧਰ ਨੂੰ ਥੋੜ੍ਹਾ ਜਿਹਾ ਹੋਰ ਗਹਿਰਾ ਦੇਣ ਦੀ ਲੋੜ ਹੈ। ਸੋ ਮੈਂ ਇਹ ਬੇਨਤੀ ਕਰਾਂਗੇ ਕਿ ਆਪ ਜੀ ਸਾਰੇ 25 ਤਰੀਕ ਨੂੰ ਆ ਕਰਕੇ ਉਹ ਜਿਹੜੀ ਜੋ ਸੇਵਾ ਆਪ ਜੀ ਸਾਰਿਆਂ ਦੀ ਚੱਲ ਰਹੀ ਹੋ ਉਹਨੂੰ ਆ ਕੇ ਆਪ ਜ਼ਰੂਰ ਦੇਖੋ, ਦੇਖ ਕੇ ਉਹ ਮੈਸੇਜ ਨੂੰ ਆਪਾਂ ਹੋਰ ਸਪਰੈਡ ਕਰੀਏ ਤਾਂ ਕਿ ਹੋਰ ਭੈਣ ਭਰਾ ਉਹਦੇ ਨਾਲ ਜੁੜ ਕੇ ਥੋੜ੍ਹਾ ਜਿਹਾ ਹੋਰ ਨੈਕਸਟ ਲੈਵਲ 'ਤੇ ਲੈ ਕੇ ਜਾਈਏ। ਸੋ ਮੈਂ ਵਿੱਕੀ ਭਾਜੀ ਵੱਲ ਦਾ, ਪੁਲਿਸ ਜੀ ਦਾ, ਭੈਣ ਗੁਰਪ੍ਰੀਤ ਮੋਹਣਾ ਦਾ, ਇਹਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਜੀ, ਜਿਹੜਾ ਕਿ ਇੰਨਾ ਵੱਡਾ ਉਪਰਾਲਾ ਬੜੇ ਲੰਬੇ ਸਮੇਂ ਤੋਂ ਵਰਲਡਵਾਈਡ ਲੱਗੇ ਹੋਏ ਨੇ ਜੀ ਘਰ। ਜਿੱਦਾਂ ਕਿ ਉਹਨੇ ਦੱਸਿਆ ਕਿ ਅਸੀਂ ਹੁਣੀ ਹੁਣੀ ਪਾਕਿਸਤਾਨ ਦਾ ਟੂਰ ਲਾ ਕੇ ਭਾਜੀ ਹੁਣੀ ਸਾਰੇ ਅਸੀਂ ਆਏ ਹਾਂ।
ਸੋ ਮੈਂ ਇੰਨਾ ਮਤਲਬ ਭਾਵਕ ਟੱਚ ਹੋ ਗਿਆ ਕਿ ਮੈਂ ਉਦੋਂ ਦਾ ਸਹੀ ਗਾਣੇ ਗਾਈ ਜਾਂਦਾ ਸਾਰਿਆਂ ਕੋਲ ਕਿ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਉੱਥੇ, ਦੇਖਣਾ ਚਾਹੀਦਾ ਕਿ ਕਿੱਦਾਂ ਦੇ ਲੋਕ ਇੰਨਾ ਪਿਆਰ ਬਖਸ਼ਦੇ ਨੇ ਉੱਥੇ ਕਿ ਅਸੀਂ ਇੰਨੀਆਂ ਦੂਰੀਆਂ ਸਾਡੇ 'ਚ ਪਈਆਂ ਹੋਈਆਂ ਨੇ ਜਿਹਦਾ ਕਿ ਕੋਈ ਰੀਜ਼ਨ ਨਹੀਂ ਹੈ। ਸੋ ਥੈਂਕ ਯੂ ਸੋ ਮਚ ਸਰ, ਥੈਂਕ ਯੂ। ਹਾਂ।